ਫਾਜ਼ਿਲਕਾ ਦੇ ਪਿੰਡ ਕੁੰਟਲ ਦੀ ਵਸਨੀਕ ਅਤੇ ਸ਼੍ਰੀ ਗੰਗਾਨਗਰ ਜ਼ਿਲ੍ਹੇ ਦੇ ਪਿੰਡ ਕੋਨੀ ਦੀ ਵਸਨੀਕ ਇੱਕ ਔਰਤ ਨੂੰ ਉਸ ਦੇ ਹੀ ਪਤੀ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਜੋ ਅੱਜ ਮੌਕਾ ਪਾ ਕੇ ਆਪਣੇ ਮਾਸੂਮ ਬੱਚਿਆਂ ਨੂੰ ਲੈ ਕੇ ਅਬੋਹਰ ਪਹੁੰਚ ਗਈ ਜਿਸ ਨੂੰ ਉਸ ਦੇ ਭਰਾ ਵੱਲੋਂ ਹਸਪਤਾਲ ਵੀ ਦਾਖਲ ਕਰਾਇਆ ਗਿਆ ਹੈ ਪੀੜਤਾ ਨੇ ਦੱਸਿਆ ਕਿ ਉਸ ਦਾ ਪਤੀ ਉਸ ਦੇ ਚਰਿੱਤਰ ਉੱਤੇ ਸ਼ੱਕ ਕਰਦਾ ਹੈ ਹਸਪਤਾਲ ਵਿੱਚ ਪੀੜਤਾ ਸੁਖਪਾਲ ਕੌਰ ਪਤਨੀ ਅਮਰ ਸਿੰਘ ਉਮਰ ਕਰੀਬ 35 ਸਾਲ ਨੇ ਦੱਸਿਆ ਕਿ ਉਹ ਦੋ ਭੈਣਾਂ ਇੱਕੋ ਘਰ ਵਿੱਚ ਵਿਆਹੀਆਂ ਹੋਈਆਂ ਨੇ ਉਸ ਦਾ ਵਿਆਹ ਅਮਰ ਸਿੰਘ ਨਾਲ ਹੋਇਆ ਸੀ ਵਿਆਹ ਤੋਂ ਬਾਅਦ ਉਸਦੇ ਘਰ ਵਿੱਚ ਦੋ ਬੱਚੀਆਂ ਨੇ ਜਨਮ ਲਿਆ ਜਿਨ੍ਹਾਂ ਦੀ ਉਮਰ 7 ਸਾਲ ਅਤੇ 5 ਸਾਲ ਦੱਸੀ ਜਾ ਰਹੀ ਹੈ ਉਸਨੇ ਦੱਸਿਆ ਕਿ ਉਸ ਦਾ ਪਤੀ ਘਰ ਵਿੱਚ ਕਰਿਆਨੇ ਦੀ ਦੁਕਾਨ ਕਰਦਾ ਹੈ ਅਤੇ ਸਾਰਾ ਦਿਨ ਘਰ ਵਿੱਚ ਰਹਿਣ ਕਰਕੇ ਉਸ ਉੱਤੇ ਸ਼ੱਕ ਕਰਦਾ ਹੈ ਬੀਤੀ ਸ਼ਾਮ ਵੀ ਉਸ ਦੇ ਪਤੀ ਨੇ ਕਮਰੇ ਵਿੱਚ ਬੰਧਕ ਬਣਾ ਕੇ ਉਸ ਦੀ ਬੁਰੀ ਤਰ੍ਹਾਂ ਡੰਡਿਆਂ ਨਾਲ ਕੁੱਟਮਾਰ ਕੀਤੀ ਰਾਤ ਨੂੰ ਜਦੋਂ ਉਸਦਾ ਪਤੀ ਬਾਹਰ ਗਿਆ ਤਾਂ ਮੌਕਾ ਪਾਉਂਦੇ ਹੀ ਉਹ ਆਪਣੇ ਬੱਚਿਆਂ ਨਾਲ ਗੰਗਾਨਗਰ ਤੋਂ ਅਬੋਹਰ ਜਾਣ ਵਾਲੀ ਬੱਸ ਵਿੱਚ ਸਵਾਰ ਹੋ ਕੇ ਭੱਜ ਨਿਕਲੀ ਜਿਸ ਤੋਂ ਬਾਅਦ ਉਸਦਾ ਭਰਾ ਉਸ ਨੂੰ ਆਪਣੇ ਪਿੰਡ ਕੁੰਡਲ ਲੈ ਗਿਆ ਅਤੇ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਸੁਖਪਾਲ ਨੇ ਦੱਸਿਆ ਕਿ ਉਸਦੇ ਪਿਤਾ ਕਾਫ਼ੀ ਸਮੇਂ ਤੋਂ ਬਿਮਾਰ ਹਨ ਅਤੇ ਉਸਦੀ ਛੋਟੀ ਭੈਣ ਲਕਸ਼ਮੀ ਵੀ ਰੱਖੜੀ ਵਾਲੇ ਦਿਨ ਆਪਣੇ ਪੇਕੇ ਘਰ ਆਈ ਹੋਈ ਸੀ ਹੁਣ ਉਸ ਦੀ ਹਾਲਤ ਦੇਖ ਕੇ ਉਹ ਵੀ ਵਾਪਸ ਨਹੀਂ ਜਾਣਾ ਚਾਹੁੰਦੀ ਕਿੰਨਾ ਕੀ ਹੈ ਤੁਹਾਡਾ ਕਿਹੜੇ ਪਿੰਡ ਵੀ ਆਏ ਹੋ ਗੱਲ ਕੀ ਹੋਈ ਹੈ ਮਾਰਦੇ ਕੁੱਟਦੇ ਬਹੁਤ ਆ ਵੀਰੇ ਸੱਸ ਸਹੁਰਾ ਕਟਾਉਂਦਾ ਹੈਗਾ ਅਤੇ ਉਹ ਮੇਰੇ ਗੋਡੇ ਗੋਡੇ ਕੁੱਟਦਾ ਮੇਰਾ ਸਾਰਾ ਦਾ ਸੱਸ ਸਹੁਰਾ ਕਟਾਉਂਦਾ ਐਵੇਂ ਤਾਂ ਮੈਨੂੰ ਸੱਸ ਕਹਿੰਦੀ ਤੋੜ ਦੋ ਗੋਟੇ ਗੋਡੇ ਇਹਦੇ ਬਸ ਮੈਨੂੰ ਬਾਹਰ ਨਾ ਨਿਕਲ ਦੇ ਜਾਣਾ ਖਾਣ ਪੀਣ ਨੂੰ ਕੁਛ ਨਹੀਂ ਦਿੰਦੇ ਮੇਰੇ ਬੱਚੇ ਹੀ ਭੁੱਖੇ ਮਰਦੇ ਆ ਬਹੁਤ ਕੁੱਟਦੇ ਮੈਂ ਜਾਨ ਬਚਾ ਕੇ ਬਾਹਰ ਨਿਕਲੀ ਵੀ ਕੁੱਟਦੇ ਕਿਉਂ ਆ ਫਿਰ ਉਹ ਸ਼ੱਕ ਸ਼ੁੱਕ ਕਰਦੇ ਮੇਰੇ ਤਾਂ ਪਤਾ ਨਹੀਂ ਕੁਛ ਮੰਗਦੇ ਆ ਪਤਾ ਨਹੀਂ ਹੁਣ ਮੰਗ ਕੀ ਕਰਦੇ ਹੋ ਮੈਂ ਕਹਿੰਦੀ ਸੁਣਾਈ ਕੀਤੀ ਜਾਵੇ ਮੈਨੂੰ ਕੁਛ ਕਰਨ ਨਾ ਬਸ ਮਾਰਨ ਕੁੱਟਣ ਨਾ ਕੁੰਡਲਾ ਜੀ ਮੇਰਾ ਨਾਮ ਗੁਰਜਾਰ ਸਿੰਘ ਹੈ ਇਹ ਮੇਰੀ ਭੈਣ ਆ ਇਹ ਸੁਖਪਾਲ ਕੌਰ ਹੈ ਜੀ ਇਹ ਪਿੰਡ ਕੋਨੀ ਗਈ ਹੈ ਜੀ ਗੰਗਾਨਗਰ ਕੋਲ ਜਿਹਨੂੰ ਕੁੱਟਮਾਰ ਹੁੰਦੀ ਹੈ ਸ਼ੱਕ ਦੀ ਕਰਦੇ ਗਏ ਵੀ ਸ਼ੱਕ ਕਰਦੇ ਬਾਹਰ ਨਹੀਂ ਨਿਕਲ ਦਿੰਦੇ ਕੁੱਟਮਾਰ ਬਹੁਤ ਜ਼ਿਆਦਾ ਹੁੰਦੀ ਹੈ ਮੈਂ ਇੱਦਾਂ ਹੀ ਸਾਫ ਭਾਲਦਾ ਜਿਹਨੂੰ ਕੁੱਟਮਾਰ ਨਾ ਕੀਤੀ ਹੈ ਕਿੰਨਾ ਕੀ ਹੈਗਾ ਤੁਹਾਡਾ ਸੁਖਪਾਲ ਕਿਹੜੇ ਪਿੰਡ ਵੀ ਆਏ ਹੋ ਕੋਨੀ ਗੱਲ ਕੀ ਹੋਈ ਹੈ ਮਾਰਦੇ ਕੁੱਟਦੇ ਬਹੁਤ ਆ ਵੀਰੇ ਸੱਸ ਸਹੁਰਾ ਕਟਾਉਂਦਾ ਹੈਗਾ ਅਤੇ ਉਹ ਮੇਰੇ ਗੋਡੇ ਗੋਡੇ ਕੁੱਟਦਾ ਮੇਰਾ ਸਾਰਾ ਦਾ ਸੱਸ ਸਹੁਰਾ ਕਟਾਉਂਦਾ ਐਵੇਂ ਤਾਂ ਮੈਨੂੰ ਸੱਸ ਕਹਿੰਦੀ ਤੋੜ ਦੋ ਗੋਟੇ ਗੋਡੇ ਇਹਦੇ ਬਸ ਮੈਨੂੰ ਬਾਹਰ ਨਾ ਨਿਕਲ ਦੇ ਜਾਣਾ ਖਾਣ ਪੀਣ ਨੂੰ ਕੁਛ ਨਹੀਂ ਦਿੰਦੇ ਮੇਰੇ ਬੱਚੇ ਹੀ ਭੁੱਖੇ ਮਰਦੇ ਆ ਬਹੁਤ ਕੁੱਟਦੇ ਮੈਂ ਜਾਨ ਬਚਾ ਕੇ ਬਾਹਰ ਨਿਕਲੀ ਕੁੱਟਦੇ ਕਿਉਂ ਆ ਫਿਰ ਉਹ ਸ਼ੱਕ ਸ਼ੁੱਕ ਕਰਦੇ ਮੇਰੇ ਤਾਂ ਪਤਾ ਨਹੀਂ ਕੁਛ ਮੰਗਦੇ ਆ ਪਤਾ ਨਹੀਂ ਹੁਣ ਮੰਗ ਕੀ ਕਰਦੇ ਹੋ ਮੈਂ ਕਹਿੰਦੀ ਸੁਣਾਈ ਕੀਤੀ ਜਾਵੇ ਮੈਨੂੰ ਕੁਛ ਕਰਨ ਨਾ ਬਸ ਮਾਰਨ ਕੁੱਟਣ ਨਾ ਕੁੰਡਲਾ ਜੀ ਮੇਰਾ ਨਾਮ ਗੁਰਜਾਰ ਸਿੰਘ ਹੈ ਇਹ ਮੇਰੀ ਭੈਣ ਆ ਇਹ ਸੁਖਪਾਲ ਕੌਰ ਹੈ ਜੀ ਇਹ ਪਿੰਡ ਕੋਨੀ ਗਈ ਹੈ ਜੀ ਗੰਗਾਨਗਰ ਕੋਲ ਜਿਹਨੂੰ ਕੁੱਟਮਾਰ ਹੁੰਦੀ ਹੈ ਸ਼ੱਕ ਦੀ ਕਰਦੇ ਗਏ ਵੀ ਸ਼ੱਕ ਕਰਦੇ ਬਾਹਰ ਨਹੀਂ ਨਿਕਲ ਦਿੰਦੇ ਕੁੱਟਮਾਰ ਬਹੁਤ ਜ਼ਿਆਦਾ ਹੁੰਦੀ ਹੈ ਮੈਂ ਇੱਦਾਂ ਹੀ ਸਾਫ ਭਾਲਦਾ ਜਿਹਨੂੰ ਕੁੱਟਮਾਰ ਨਾ ਕੀਤੀ ਹੈ ਬਿਊਰੋ ਰਿਪੋਰਟ ਸਾਂਝ ਨਿਊਜ਼